ਉਹ ਪਾਜੀ ਸਮਝਾਓ ਯਾਰ ਕਿਵੇਂ ਧੱਕੇ ਮਾਰਦੇ ਆ, ਸਾਡੀ ਵੀ ਕੋਈ ਇੱਜ਼ਤ ਆ, ਯੂਟਿਊਬਰ ਆ, ਟਿਕਟੋਕਰ ਥੋੜੀ। ਭਾਜੀ ਸੈਂਟਰ ਮਾਰਕ ਸਹੀ ਹੈ? ਭਾਜੀ ਘੜੀ ਦੇਖ ਰਹੀ ਮੇਰੀ ਯਾਰ, ਕੰਮ ਸ਼ੁਰੂ ਕਰ। ਅੱਛਾ ਦੇਖ ਰਹੀ ਆ। ਕਿੱਦਾਂ ਫਿਰ, ਵੈਲਕਮ ਬੈਕ ਟੂ ਯੋਰ ਫੇਵਰੇਟ ਸ਼ੋ ਕਿੱਦਾਂ ਫਿਰ ਬਾਈ ਵਨ ਐਂਡ ਓਨਲੀ ਅਮਨ ਔਜਲਾ ਕਲੈਪਿੰਗ। ਤੁਸੀਂ ਨਾ ਕਦੇ ਖੁਸ਼ ਹੋਇਓ, ਆ ਘੜੀ ਵੇਖੀ ਵੇਖੀ ਕਦੇ? ਤੁਹਾਨੂੰ ਵੀ ਦੱਸ ਹੀ ਦਿੰਦਾ ਹੁਣ ਗੱਲ ਤੁਰੀ ਹੈ ਨਾ, ਇਹ ਮੈਂ ਘੜੀ ਬਹੁਤ ਮਹਿੰਗੀ ਘੜੀ ਲਈ ਆ ਅਤੇ ਬਾਈ ਦੀ ਮਾਰਕੀਟ ਵਿੱਚੋਂ, ਬਹੁਤ ਘੈਂਟ ਹੈ। ਸੋ ਗਾਈਜ਼, ਮੈਂ ਦੱਸਦਾ ਤੁਹਾਨੂੰ ਕਿੱਦਾਂ ਫਿਰ ਦਾ ਪਹਿਲਾ ਐਪੀਸੋਡ ਆਇਆ ਸੀ ਨਾ, ਤੁਸੀਂ ਇੰਨਾ ਸਾਰਾ ਪਿਆਰ ਦੇ ਦਿੱਤਾ ਹੈਗਾ, ਲਵ ਯੂ ਆ ਤੁਹਾਨੂੰ। ਸੋ ਗਾਈਜ਼, ਤੁਹਾਡੀ ਡਿਮਾਂਡ ਕਰਕੇ ਤੁਸੀਂ ਇੰਨੇ ਸਾਰੇ ਕਮੈਂਟਸ ਕਰ ਦਿੱਤੇ, ਮੈਸੇਜ ਕਰਤੇ, ਵਟਸਐਪ 'ਤੇ, ਇੰਸਟਾਗ੍ਰਾਮ 'ਤੇ, ਸਨੈਪਚੈਟ 'ਤੇ, ਟਿੰਡਰ, ਸਾਰੇ ਕਿਤੇ ਤੁਸੀਂ ਮੈਸੇਜ ਕਰ ਦਿੱਤੇ ਹੈਗੇ ਆ, ਤਾਂ ਤੁਹਾਡੀ ਡਿਮਾਂਡ ਕਰਕੇ ਆਪਾਂ ਦੁਬਾਰਾ ਬੁਲਾਉਣ ਜਾ ਰਹੇ ਹਾਂ ਵਨ ਐਂਡ ਓਨਲੀ ਨੀਟੂ ਸ਼ਟਰਾ ਵਾਲੇ ਨੂੰ, ਕਲੈਪਿੰਗ। ਕਿੰਨੇ ਕੀਤੇ ਮੈਸੇਜ? ਐਵੇਂ ਝੂਠ ਯਾਰ, ਕੈਸ਼ ਕੈਸੇ ਬੰਦੇ ਖੜਾਏ ਨੇ ਯਾਰ, ਇਹੀ ਅਪਲੋਜ ਨਹੀਂ ਕਰਦੇ, ਮੂਡ ਹੀ ਖਰਾਬ ਕਰ ਦਿੱਤਾ ਹੈਗਾ ਯਾਰ। ਸੋ ਗਾਈਜ਼, ਆਪਾਂ ਬੁਲਾਉਣ ਜਾ ਰਹੇ ਹਾਂ ਅੱਜ ਨੀਟੂ ਸ਼ਟਰਾ ਵਾਲੇ ਨੂੰ ਅਤੇ ਤੁਹਾਡੀ ਡਿਮਾਂਡ ਕਰਕੇ, ਸੋ ਵੈਲਕਮ ਕਰਦੇ ਹਾਂ ਨੀਟੂ ਸ਼ਟਰਾ ਵਾਲਾ। ਅਤੇ ਯਾਰ, ਅੱਜ ਨਾ ਮੈਂ ਹੋਸਟ ਨਹੀਂ ਕਰਨਾ ਯਾਰ, ਮੈਂ ਅੱਜ ਨਵੀਂ ਘੜੀ ਲਈ, ਨਵੇਂ ਕੱਪੜੇ ਪਾਏ, ਮੈਂ ਜਾਊਂਗਾ ਡੇਟ 'ਤੇ ਸਹੇਲੀ ਨੂੰ ਮਿਲਣ। ਅਤੇ ਪਿੱਧੀ, ਅੱਜ ਤੇਰੀ ਡਿਊਟੀ ਹੈਗੀ ਹੈ ਸ਼ੋਅ ਸੰਭਾਲਣ ਦੀ, ਠੀਕ ਆ? ਉਹ ਠੀਕ ਆ, ਉਜਲੇ ਚੱਲ ਆ ਜਾ ਫਿਰ। ਨੀਟੂ ਸ਼ਟਰਾ ਵਾਲੇ ਨੂੰ ਬੁਲਾਓ। ਤੂੰ ਸਾਲਿਆ ਧੱਕਾ ਮਾਰਦਾ ਸੀ ਮੈਨੂੰ, ਚਪੇੜ ਮਾਰੂ ਭੈਣ। It's not my fault. You've been lying, saying that I took away your peace. Drowning by yourself, now you wanna blame me. Like you have no options, I ain't take you out. Karta karta ohi kam ji to main darta si. ਸਵੇਰ ਦਾ ਇਹਨਾਂ ਨੇ ਮੈਨੂੰ ਬੁਲਾਇਆ, ਇੱਕ ਕੈਮਰਾ ਉਹ ਲਾਇਆ, ਇੱਕ ਕੈਮਰਾ ਇੱਧਰ ਲਾਇਆ, ਕੈਮਰਾ ਇੱਧਰ ਲਾਇਆ, ਪਤਾ ਨਹੀਂ ਆਪ ਅਮਨ ਔਜਲਾ ਕਿੱਥੇ ਗਿਆ। ਉਹ ਆ ਰਿਹਾ ਕੋਈ ਛਿੱਦੀ ਪਿੱਦੀ ਨੀਟੂ ਸ਼ਕਰਾ ਵਾਲੇ ਦੀ ਇੰਟਰਵਿਊ ਲੈਣ, ਦੱਸ ਹਿੰਦੁਸਤਾਨ 'ਚ ਕੋਈ ਇੱਦਾਂ ਦੀ ਗੱਲ ਨਹੀਂ? ਮੈਂ ਕਿਹਾ ਵੀ ਕੈਮਰਾ ਤੇ ਬਹੁਤ ਵਧੀਆ ਸਟੂਡੀਓ ਆ, ਤੇ ਭਾਜੀ ਵੀ ਬਹੁਤ ਵਧੀਆ ਛਿੱਦੀ ਭਾਜੀ ਆ, ਪਿੱਦੀ ਭਾਜੀ, ਪਿੱਦੀ ਭਾਜੀ ਬਹੁਤ, ਪਿੱਦੀ ਜੀ ਬਹੁਤ ਸੋਹਣੇ, ਪਿੱਦੀ ਜੀ ਬਹੁਤ ਅੱਛੇ ਆ, ਭਾਜੀ ਮੈਨੂੰ ਬੋਲਣ ਦਓਗੇ ਕਿ ਨਹੀਂ? ਕੁਛ ਨਹੀਂ, ਆ ਥੋੜੀ ਪਾਸੇ ਰੱਖੋ, ਗੋਲੀ ਚੱਲ ਜਾਣੀ ਹੁੰਦੀ ਹੈ, ਕਰ ਪਤਾ ਨਕਲੀ ਮੈਨੂੰ ਬੇਕੂ ਬਣਾਉਣਾ, ਮੈਂ ਤਾਂ ਖੜਾਉਣਾ ਸੀ, ਉਹਦੇ ਤਾਂ ਗੋਲੀ ਵੀ ਨਹੀਂ ਹੈਗੀ। ਅੰਕਲ ਜੀ ਡਰ ਗਏ। ਓਏ ਓਏ, ਅੰਕਲ ਕਿਹਨੂੰ ਕਿਹਾ? ਤੈਨੂੰ। ਅੰਕਲ ਕਿਹਨੂੰ ਕਿਹਾ? ਤੂੰ ਤੂੰ ਅੰਕਲ ਕਿਹਨੂੰ ਕਿਹਾ? ਤੈਨੂੰ। ਮੈਨੂੰ ਅੰਕਲ ਨਹੀਂ ਕਹਿਣਾ, ਮੇਰੀ ਗੱਲ ਸੁਣ ਲਾ, ਮੈਂ ਤੇਰੀ ਮਾਰ ਕੇ ਨਾ ਚਪੇੜ ਬੱਤੀ ਦੇ ਬੱਤੀ ਦੰਦ ਕੱਢ ਦੇਣੇ। ਮੇਰੇ ਤਾਂ ਅੰਕਲ 28 ਨੇ, ਤੇ ਦੋ ਗੁਆਂਢੀਆਂ ਕੱਢ ਲੂੰਗਾ ਮੈਂ। ਫਿਰ ਮੈਂ ਤੈਨੂੰ ਕੀ ਕਹਾਂ ਹੁਣ? ਮੈਨੂੰ ਕਹਾ ਰਿਤਿਕ ਰੋਸ਼ਨ। ਕਿਹੜਾ? ਰਿਤਿਕ ਰੋਸ਼ਨ। ਰਿਤਿਕ ਰੋਸ਼ਨ ਆ ਕੇ ਸਾ ਰੋਸ਼ਨ ਆ, ਜਿਹੜਾ ਰੋਸ਼ਨ ਹੀ ਨਹੀਂ ਹੋ ਰਿਹਾ। ਓ ਮੇਰੀ ਫਿਲਮ ਆਈ ਆ ਗਦਰ, ਜਮਰਾਜ ਮੂਵੀ, ਜੜ ਦੀ ਕੋਠੀ, ਮੈਂ ਮੁੰਡਾ ਫੌਜੀ ਦਾ ਕੁੜੀ, ਮੈਨੂੰ ਕਹਿੰਦੀ ਗੋਡ ਬਲੈਸ ਯੂ। ਇੱਕ ਮੇਰੀ ਫਿਲਮ ਹੋਰ ਆ ਰਹੀ ਆ, ਮੈਂ ਤੇਰੀ ਲੈਣੀ ਆ। ਓ ਸੈਲਫੀ ਸੈਲਫੀ ਸੈਲਫੀ, ਮੈਂ ਤੇਰੀ ਲੈਣੀ ਆ ਸੈਲਫੀ। ਮੈਂ ਵੀ ਤੇਰੀ ਲੈਣੀ ਆ ਫੋਟੋ। ਬਦਮਾਸ਼ੀ ਮੇਰੇ ਨਾਲ ਨੀ, ਮੇਰੀ ਅੱਖਾਂ ਤੋਂ ਪਿੱਛੇ ਵੀ ਹੈਗੀਆਂ। ਕਿੱਥੇ?
मतलब पीछे है धोखा हाँ तीन नहीं नजर आनी मैन पता धोखा कितने कल फेल की मैं जमे पहले वधिया सी एक्टर तुसी
ਦੇਖਿਆ ਹੋਣਾ ਸਕਿਡ ਗੇਮ ਵਿੱਚ ਜਿਹਦੇ ਵਿੱਚ ਉਹ ਤੀਲੇ ਜਾਂ ਮਾਰ ਕੇ ਉਹ ਕੱਢਦੇ ਸੀਗੇ ਅੰਦਰੋਂ ਨਹੀਂ ਹਾਂਜੀ ਸਵੀਟ ਕੱਢਦੇ ਦੇਖੀ ਸੀ ਹਾਂ ਸਵਾਦ ਦੇਖੀ ਸੀ ਅੱਛਾ ਉਹਦੇ ਵਿੱਚ ਆਪਾਂ ਇੱਕ ਨਵਾਂ ਪ੍ਰੋਪ ਲਿਆਂਦਾ ਵਾ ਉਹ ਪ੍ਰੋਪ ਕੀ ਆ ਤੁਹਾਨੂੰ ਪਤਾ ਲਿਆਓ ਬਈ ਹਨੀ ਕੋ ਮੱਛਰ ਜਾਨੀ ਉਹ ਕਿਹੜਾ ਹੁੰਦਾ ਮੋਸਕੀਟੋ ਵਾਲਾ ਉਹ ਲੈ ਕੇ ਆਓ ਕਾਸ਼ ਤੁਸੀਂ ਸਪਾਂਸਰ ਕੀਤਾ ਹੁੰਦਾ 4 ਪੈਸੇ ਆ ਜਾਂਦੇ ਸੋਏ ਦੋ ਗੋਲ ਗੋਲ ਸੋਏ ਦੋ ਗੋਲ ਗੋਲ ਹੈਗੇ ਨੇ ਦੋ ਗੋਲ ਗੋਲ ਹੈਗੇ ਹਾਂ ਇਹਦੇ ਵਿੱਚੋਂ ਆਪਾਂ ਦੋਨਾਂ ਨੂੰ ਅਲੱਗ ਕਰਨਾ ਅੱਛਾ ਤੇ ਜੇ ਟੁੱਟ ਗਿਆ ਉਹ ਗੇਮ ਹਾਰ ਗਿਆ ਮੈਟ ਦੇ ਲਈ ਮੈਨੂੰ ਹਾਂਜੀ 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 ਮਸ ਪੰਜਾਬ ਚ ਇਹੀ ਜਾਂਦਾ ਰਹਿੰਦਾ ਚਲੀ ਗਈ ਹਾਂਜੀ ਹਾਂਜੀ ਚਲੀ ਗਈ ਹਾਂਜੀ ਹਾਂਜੀ ਚਲੇਗੀ ਆਗੀ ਆਏਗੀ ਇਹ ਬਹੁਤ ਨਿਆ ਤੁਹਾਡਾ ਮਨੋਰੰਜਨ ਵੀ ਹੋ ਜਾਂਦਾ ਚਲੋ 3 2 1 ਸਟਾਰਟ मैं जित गया ते हुण मैं तुहाडे ए मुँह ते लाऊंगा नहीं एक्चुअली ना एहे ना मतलब साडे घरे ओ लूट लगदी है ना तां करके ए नहीं मैं ते कोल ए तू तोड़िया तू तोड़िया ना ना तू तोड़िया ए तेरे दोने तेरे वास्ते चटम चटाई ਹੁਣ ਬੇਈਮਾਨੀ ਕਰਨੀ ਬਿਲਕੁਲ ਬੇਈਮਾਨੀ ਨਹੀਂ 1 2 3 4 5 6 7 ਅਸੀਂ ਖਾ ਗਏ ਸਾਰਾ ਤੁਹਾਨੂੰ ਖਾਣ ਨੂੰ ਮਿਲਦਾ ਨਹੀਂ ਹੈਗਾ ਪ੍ਰੋਪ ਖਾਈ ਜਾਂਦੇ ਹੋ ਚਲੋ 1 2 3 4 ਆਪਾਂ ਦੋ ਦੋ ਟਾਈ ਟਾਈ ਪਤਾ ਕੀ ਕਰਦੇ ਆ ਇਹ 5 ਨੇ ਇਹ ਅੱਧਾ ਦਿਖਾ ਲੈਂਦੇ ਮੈਂ ਖਾਣਾ ਨਹੀਂ ਮੈਨੂੰ ਚੱਟਣ ਵਾਲੀ ਗੇਮ ਦੱਸ ਕਿਹੜੀ ਹੈ ਪਹਿਲਾਂ ਮੈਂ ਗੇਮ ਤਾਂ ਦੱਸ ਨਹੀਂ ਚੱਟਣ ਵਾਲੀ ਚੱਟੂਗੇ ਨਹੀਂ ਮੈਨੂੰ ਪਹਿਲਾਂ ਗੇਮ ਦੱਸ ਕਿਹੜੀ ਹੈ ਮੈਨੂੰ ਗਾਣਾ ਨਾ ਫਿਰ ਖਾਣਾ ਤੇ ਮੈਨੂੰ ਦੱਸ ਗੇਮ ਕਿਹੜੀ ਹੈ ਵੇਖੋ ਤੁਸੀਂ ਉਹਨਾਂ ਨਾਲ ਇਹ ਸ਼ੋਅ ਦੀ ਆਈ ਹੋ ਤੁਹਾਨੂੰ ਮਹਿੰਗੇ ਮਹਿੰਗੇ ਬਿਸਕੁਟ ਖਾਣ ਨੂੰ ਮਿਲਨੇ ਨੇ ਪਹਿਲੀ ਵਾਰ ਦੇਖੇ ਨਾ ਖਾਣ ਨੂੰ ਨਹੀਂ ਚੱਟਣ ਨੂੰ ਚੱਟਣ ਨੂੰ ਪਹਿਲੀ ਵਾਰ ਦੇਖਿਆ ਜੀ ਚਲੋ ਸੁਣੋ ਹੁਣ ਮੇਰੀ ਗੱਲ ਨਹੀਂ ਤੁਸੀਂ ਵੀ ਘਰ ਚੜਦੇ ਹੁੰਦੇ ਵੈਸੇ ਕੀ ਬਿਸਕੁਟ ਨਹੀਂ ਲੱਗਦਾ ਮੈਂ ਨਹੀਂ ਚੱਟਦਾ ਅੱਜ ਚਟਾਉਂਗੀ ਮੈਂ ਚਟਾਉਣਾ ਹੁੰਦਾ ਅੱਜ ਤੁਸੀਂ ਚੱਟਦੇ ਹੋ ਨਹੀਂ ਪਹਿਲਾਂ ਮੈਨੂੰ ਦੱਸ ਹੀ ਦੋ ਕੋਈ ਬੜਾ ਇੰਟਰਸਟ ਲੈ ਰਹੇ ਹੋ ਮੈਂ ਚਟਾਉਣਾ ਤੁਸੀਂ ਚੱਟਦੇ ਹੋ ਨਹੀਂ 1000 ਰੁਪਿਆ ਨਾ 1500 ਮੇਰੀ ਗੱਲ ਸੁਣ ਚੱਟਣ ਜਿਹੜਾ ਆਂਦਾ ਤੁਹਾਨੂੰ ਐਕਸਪੀਰੀਅੰਸ ਕਿੱਥੋਂ ਆਇਆ ਮੈਨੂੰ ਬਹੁਤ ਐਕਸਪੀਰੀਅੰਸ ਆ ਚਟਾਉਣ ਦਾ ਨਹੀਂ ਇਹਨਾਂ ਐਕਸਪੀਰੀਅੰਸ ਕਿੱਥੋਂ ਆ ਗਿਆ ਇਹ ਆ ਜਾਂਦਾ ਨਹੀਂ ਅਮਨ ਔਜਲਾ ਨੂੰ ਬਹੁਤ ਚਟਾ ਅੱਛਾ ਚਲੋ ਅੱਛਾ ਤੁਸੀਂ ਦੋਨੇ ਮਤਲਬ ਅਮਨ ਔਜਲਾ ਤੇ ਚਿੱਡੀ ਜੀ ਮਤਲਬ ਦੇਖੇਗੀ ਜਦੋਂ ਹੋਏਗੀ ਤਾਂ ਦੇਖੇਗੀ ਤੂੰ ਚੱਟਾ ਨਹੀਂ ਪੂਰਾ ਚੱਟਣਾ ਕਿ ਨਹੀਂ ਕਰਕੇ ਜਿਵੇਂ ਚੱਟਦੇ ਹੁੰਦੇ ਹੋ ਮੈਨੂੰ ਤਾਂ ਚੌਂਕ ਆ ਹਾਂ ਤੂੰ ਚੱਟਾ ਨਹੀਂ ਹੈਗਾ ਨਹੀਂ ਮੈਂ ਚੱਟਦਾ ਨਹੀਂ ਦੂਜੇ ਬਿਸਕਟ ਇਹਦੇ ਵਿੱਚ ਵੀ ਆ ਦੇਖੋ ਕਰੀਮ ਲੱਗੀ ਹੋਈ ਆ ਹੁਣ ਇਹ ਲੱਗੀ ਸੋ ਮੇਰੇ ਵਾਲੇ ਬਿਸਕਟ ਦੇਖਦੇ ਹੁਣ ਮੇਰਾ ਪਹਿਲਾ ਬਿਸਕਟ ਵਾਹ ਚਟਾਈ ਇਹਨਾਂ ਕੋ ਚਟਾਈ ਕਰਾਓ ਵਾਹ ਹਾਂ ਤੀਜਾ ਬਿਸਕਟ ਦੇਖ ਲਓ ਵਾਹ ਜੀ ਵਾਹ ਚਟਾਈ ਚਟਾਈ ਸੋ ਟੈਕਨੀਕਲੀ ਮੈਂ ਚੱਟਿਆ ਵਧੀਆ ਵਾ ਤਾਂ ਮੈਂ ਵਿਨਰ ਹੁੰਦਾ ਹਾਂ ਠੀਕ ਹੈ ਤੁਸੀਂ ਵਧੀਆ ਨਹੀਂ ਚੱਟਿਆ ਹੈਗਾ ਚਲੋ ਲਿਆ ਮੂੰਹ ਇੱਧਰ ਨਹੀਂ ਨਹੀਂ ਇੱਦਾਂ ਨਹੀਂ ਬਈ ਇਹ ਤਾਂ ਹੁਕੀ ਗੇਮ ਤੇ ਰੂਲ ਹੀ ਨਹੀਂ ਇਹ ਗੇਮ ਬੜੇ ਸੀ ਜੇ ਮੈਂ ਚਿੱਟੀ ਨਹੀਂ ਕੀਤੀ ਤੁਸੀਂ ਚਿੱਟੀ ਕੀਤੀ ਮੈਂ ਯਾਰ ਇਹ ਤਾਂ ਰੂਲ ਆ ਤੁਸੀਂ ਆ ਰਹੇ ਹੋ ਤੁਸੀਂ ਚੱਟਿਆ ਨਹੀਂ ਵਧੀਆ ਮੈਂ ਚੱਟ ਕੇ ਰੱਖਿਆ ਸੀ ਕਿਵੇਂ ਚੱਟਿਆ ਸੀ
ਤੇ ਵਧੀਆ ਨਹੀਂ ਚੱਟਿਆ ਮੈਂ ਵਧੀਆ ਚੱਟਿਆ ਚਲ ਠੀਕ ਆ ਸੋ ਮੈਂ ਰੋਜ਼ ਨਹੀਂ ਚੜਦਾ ਤੁਸੀਂ ਰੋਜ਼ ਚੜਦੇ ਹੋ ਕਿਉਂਕਿ ਮੈਂ ਖਾਣਾ ਬੰਦ ਤੇ ਰਸ ਰਸ ਚੜਦੇ ਨਹੀਂ ਹੈਗੇ ਰਸ ਤੇ ਬੰਦ ਖਾਈਦੇ ਹੈ ਚੱਟੀ ਦੇ ਨਹੀਂ ਦਿਓ ਫਿਰ ਯਾਰ ਅੱਛਾ ਚਲੋ ਐ ਕਰੋ ਖੜ ਜਾਓ ਮੈਂ ਨਹੀਂ ਛੱਡਦਾ ਹਾਂ ਮੈਂ ਵੀ ਨਹੀਂ ਹਰਦਾ ਅੱਛਾ ਹਾਂ ਹਰ ਗਿਆ ਤੁਹਾਡੇ ਆਸਾ ਬੰਦ ਕਰਾਉਣਾ ਮੈਂ ਦੇਖਿਆ ਨਾ ਗੁੱਲੀ ਬਣਾਤਾ ਪ੍ਰੋਬਲਮ ਉਹ ਬਾਲਾਂ ਵਾਲਾ ਪ੍ਰੋਬਲਮ ਤੁਹਾਨੂੰ ਵਿਕ ਪਾ ਕੇ ਕੁੜੀ ਦੀ ਡਾਂਸ ਕਰਨਾ ਪੈਣਾ ਜਾਂ ਗਾਣਾ ਗਾਉਣਾ ਪੈਣਾ ਨਹੀਂ ਇਹ ਕਿਹੜੀ ਸ਼ਰਤ ਹੋਈ ਚਲੋ ਫਿਰ ਆ ਜਾਓ ਠੀਕ ਹੈ ਨਹੀਂ ਮੈਨੂੰ ਮਨਜ਼ੂਰ ਆ ਮੈਨੂੰ ਮਨਜ਼ੂਰ ਉਹ ਤੇਰਾ ਬੇੜਾ ਗਰਕ ਹੋ ਜੇ ਉਹ ਤੁਹਾਡੇ ਸ਼ੋਅ ਦਾ ਬੇੜਾ ਗਰਕ ਹੋ ਜੇ ਉਹ ਮੈਨੂੰ ਜਾਣ ਦਿਓ ਘਰ ਮੈਂ ਨਹੀਂ ਕਦੇ ਤੁਹਾਡੇ ਸ਼ੋਅ ਜਾਂਦਾ ਨਹੀਂ ਰਿਤਿਕ ਰੋਸ਼ਨ ਜੀ ਨਹੀਂ ਇਹ ਤੇ ਸ਼ਰਤਾਂ ਦੇਖੋ ਸਾਰੀ ਆਡੀਅנס ਲਾਈਵ ਹੈ ਗਿਆ ਆਪਾਂ ਲਾਈਵ ਚੱਲੇ ਸਾਰਾ ਕੁਝ ਇਸ ਟਾਈਮ ਲੋਕ ਦੇਖਦੇ ਪਏ ਨੇ ਨਾਇਕ ਨਹੀਂ ਖਲ ਨਾਇਕ ਹੂੰ ਮੈਂ ਜ਼ੁਲਮੀ ਬੋੜਾ ਨਹੀਂ ਕੁੜੀਆਂ ਵਾਲੀ ਵਾਈ ਕੱਢੋ ਕੁੜੀਆਂ ਵਾਲੀ ਆਉਂਦੀ ਆਪਾਂ ਨੂੰ ਚੱਪਾ ਚੱਪਾ ਚਰ ਰੱਖਾ ਚੱਲੇ ਹੋ ਚੱਪਾ ਚੱਪਾ ਚਰ ਰੱਖਾ ਚੱਲੇ ਇਹ ਆਉਣੀ ਬੋਣੀ ਆਲੀਆਂ ਤੇਰੀ ਬੋਣੀ ਬੋਣੀ ਬੇਰੀ ਤਲੇ ਸਾਰਿਆਂ ਨੂੰ ਮੈਨੂੰ ਮਜ਼ਾ ਆਇਆ ਤੁਹਾਨੂੰ ਮਜ਼ਾ ਆਇਆ ਅਗਲੀ ਗੇਮ ਉਹ ਚ ਹੋਰ ਜ਼ਿਆਦਾ ਮਜ਼ਾ ਆਉਣਾ ਵਾ ਕਿਉਂਕਿ ਉਹ ਗੇਮ ਦਾ ਨਾਮ ਹੈਗਾ ਆਜੋ ਬੰਟੇ ਖੇਡੀਏ ਖੇਡੋ ਬੰਟੇ ਤੁਸੀਂ ਬੰਟੇ ਖੇਡੇ ਆ ਹਾਂ ਖੇਡੇ ਖੇਡੇ ਬੰਟੇ ਮੇਰੇ ਕੋ ਬੰਟੇ ਹੈਗੇ ਦੋ ਆ ਦੋ ਬੰਟੇ ਆ ਹਾਂ ਅੱਛਾ ਦਿਖਾਓ ਕਿੱਥੇ ਬੰਟੇ ਲਾਓ ਬੰਟੇ ਲਾ ਓਏ ਬੰਟੇ ਆ ਤੁਸੀਂ ਕੀ ਸਮਝਿਆ ਇਹ ਬੰਟੇ ਜਾਂ ਦੋ ਹੀ ਆ ਮੇਰੇ ਕੋ ਬੰਟੇ ਦੋ ਹੀ ਤੁਹਾਡੇ ਕੋ ਚਾਰ ਹੋ ਗਏ ਅੱਛਾ ਦੋ ਬੰਟੇ ਨੇ ਚਲੋ ਵਧੀਆ ਤੁਹਾਡਾ ਜੋਟਾ ਹੋ ਗਿਆ ਅੱਜ ਆਪਾਂ ਖੇਲਾਂਗੇ ਕਲੀ ਜੋਟਾ ਇੰਗਲਿਸ਼ ਵਿੱਚ ਕਹਿੰਦੇ ਇਵਨ ਔਡ ਬੰਟੇ ਲਿਓ ਅੱਜ ਕਿੱਥੇ ਆ ਗਿਆ ਮੈਂ ਫਸ ਗਿਆ ਸਮਝ ਨਹੀਂ ਆਉਂਦੀ ਚਲੋ ਮੇਰੀ ਗੱਲ ਸੁਣੋ 10-10 ਮਿੰਟ ਕਰਦੇ ਆਪਾਂ ਚਲੋ ਹੁਣ ਕਰੋ ਬੜੀ ਜਲਦੀ ਹੋ ਜਾਂਦਾ ਤੁਹਾਡਾ ਅੱਛਾ ਇਹ ਹੈਗਾ ਇੱਥੇ ਰੱਖੋ ਸਾਹਮਣੇ ਇਹ ਹੈਗਾ ਵਾ ਈਵਨ ਜੋਟਾ ਸੋਚਣਾ ਪੈਣਾ ਪਹਿਲੋ ਕਲੀ ਕੀ ਜੋਟਾ ਕਲੀ ਆ ਯਾਰ ਜਾ ਬਚਤ ਕਰਦੇ ਆਪਾਂ ਮੈਂ ਕਬੀ ਮੁੱਠ ਲਿਆਵੇ ਲੁੱਟ ਖੱਬੀ ਮੁੱਠ ਲਿਆਵੇ ਲੁੱਟ ਖੱਬੀ ਮੁੱਠ ਲਿਆਵੇ ਲੁੱਟ ਬਾਬਿਆਂ ਦਾ ਸ਼ੂ ਸ਼ੱਕ ਹੁੰਦਾ ਆ ਦੱਸੋ ਕੀ ਆ ਪਤਾ ਨਹੀਂ ਮੇਰਾ ਓ ਯਾਰ ਦੱਸੋ ਯਾਰ ਇਹ ਟੰਕੀ ਬਹੁਤ ਕਰਦੇ ਇੱਕ ਤਾਂ ਚੱਕ ਜੋਟਾ ਹੀ ਆ ਛੋਟ ਮੈਂ ਦਿਖਾ ਦਿੰਦਾ ਮੈਂ ਨਹੀਂ ਚਿਟਿੰਗ ਕਰਦਾ ਓ ਨਹੀਂ ਚਿਟਿੰਗ ਕਰ ਤੁਸੀਂ ਆਈ ਖੇਡ ਤੁਸੀਂ ਆਈ ਖੇਡੇ ਤੁਸੀਂ ਮੈਂ ਤਾਂ ਮਾਨਾ ਹੋ ਰਿਹਾ ਸਾਨੂੰ ਦਿਖਾਣਾ ਅੰਦਰ ਦੇ ਸਾਹਮਣੇ ਆ ਕੀ ਆ ਛੋਟਾ ਇਹ ਛੋਟਾ ਵਾ ਮੁੱਟਾ ਕਿੱਥੇ
ਆ ਦੇਖ ਇਹਦਾ ਮਤਲਬ ਰੱਸਾ ਬਣਾਣਾ ਆ ਦੇਖੋ ਇਹਦਾ ਹਾਂ ਇਹਨੂੰ ਮੋਟਾ ਰੱਸਾ ਬਣਾ ਫਿਰ ਦੀ ਕਾਊਂਟ ਆਫ 3 2 1 ਆਪਾਂ ਸਟਾਰਟ ਕਰ ਦਾਂਗੇ 3 2 1 ਛੁੱਟੀ ਓਏ ਕੀ ਗੰਦ ਪਾਇਆ ਸੀ ਸਾਇਆ ਹਾਂ ਵੱਡੇ ਆ ਸ਼ੋਅ ਕਰਨ ਵਾਲੇ ਤੇ ਮੇਰੀ ਫਿਲਮ ਆ ਰਹੀ ਜੇਤੀ ਜੇਤੀ ਗਦਰ ਔਰ ਉਸ ਦੇ ਵਿੱਚ ਮੈਂ ਕਿੱਦਾਂ ਧਮਾਕਾ ਕੀਤਾ ਤੁਹਾਨੂੰ ਪਤਾ ਲੱਗ ਜਾਏਗਾ ਗਦਰ ਫਿਲਮ ਜ਼ਰੂਰ ਦੇਖਿਓ ਨੀਟੂ ਛੱਟਣਾ ਵਾਲੇ ਦੀ ਨਹੀਂ ਤੇ ਗੋਲੀ ਨਕਲੀ ਚੱਲੇਗੀ ਯਾਰ ਅਸਲੀ ਤਾਂ ਹੈ ਨਹੀਂ ਮੇਰੇ ਕੋਲ ਪਰ ਗਦਰ ਦੇ ਵਿੱਚ ਮੈਂ ਕੀ ਕਮਾਲ ਕੀਤਾ ਦੋਸਤੋ ਤੁਸੀਂ ਦੇਖਣਾ ਨਾ ਭੁੱਲਿਓ ਨੀਟੂ ਬਣ ਗਿਆ ਗੱਬਰ ਸਿੰਘ ਔਰ ਕ੍ਰਿਸ਼ ਫਿਲਮ ਵੀ ਮੇਰੀ ਆ ਰਹੀ ਹੈ ਮੈਂ ਹੁਣ ਚੱਲਿਆ ਜਾ ਅਮਨ ਨੋਜ ਨੇ ਕਹਿ ਦੀ ਕਿ ਮੈਨੂੰ ਰੋਕ ਕੇ ਦਿਖਾਵੇ